ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਇੱਕ ਕਵਿਤਾ ਲੈ ਕੇ ਪੇਸ਼ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਨਵੰਬਰ 1675 ਈਸਵੀ ਨੂੰ ਹੋਈ। ਸ਼ਹੀਦੀ ਅਸਥਾਨ ਚਾਂਦਨੀ ਚੌਕ, ਦਿੱਲੀ। ਕੁਝ ਕਸ਼ਮੀਰੀ ਪੰਡਤ ਆ ਕੇ ਬੋਲੇ ਸਤਿਗੁਰ ਨੂੰ, ਕੁਝ ਕਸ਼ਮੀਰੀ ਪੰਡਤ ਆ ਕੇ ਬੋਲੇ ਸਤਿਗੁਰ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ। ਦਿੱਲੀ ਤਖਤ 'ਤੇ ਬੈਠਾ ਔਰੰਗਜ਼ੇਬ ਕਸਾਈ ਹੈ, ਦਿੱਲੀ ਤਖਤ 'ਤੇ ਬੈਠਾ ਔਰੰਗਜ਼ੇਬ ਕਸਾਈ ਹੈ, ਧੱਕੇ ਨਾਲ ਹੀ ਸਾਡੇ ਜੰਝੂ ਜਾਂਦਾ ਲਾਈ ਹੈ, ਧੱਕੇ ਨਾਲ ਹੀ ਸਾਡੇ ਜੰਝੂ ਜਾਂਦਾ ਲਾਈ ਹੈ। ਉਜਾੜਨ ਉੱਤੇ ਆਇਆ ਹੱਸਦੇ ਵਸਦੇ ਵਿਹੜੇ ਨੂੰ, ਉਜਾੜਨ ਉੱਤੇ ਆਇਆ ਹੱਸਦੇ ਵਸਦੇ ਵਿਹੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ। ਥੱਕ ਗਏ ਹਾਂ ਕਰ ਕਰਕੇ ਫਰਿਆਦਾਂ ਥਾਂ ਥਾਂ 'ਤੇ, ਥੱਕ ਗਏ ਹਾਂ ਥਾਂ ਥਾਂ 'ਤੇ ਫਰਿਆਦਾਂ ਕਰ ਕਰਕੇ, ਵਿੱਚ ਵਿਚਾਲੇ ਛੱਡਣ ਵਾਲੇ ਮਿਲਦੇ ਰਾਹਾਂ 'ਤੇ, ਵਿੱਚ ਵਿਚਾਲੇ ਛੱਡਣ ਵਾਲੇ ਮਿਲਦੇ ਰਾਹਾਂ 'ਤੇ, ਸਾਰੇ ਦਾਮਨ ਛੱਡ ਕੇ ਫੜਿਆ ਦਾਮਨ ਤੇਰੇ ਨੂੰ, ਸਾਰੇ ਦਾਮਨ ਛੱਡ ਕੇ ਫੜਿਆ ਦਾਮਨ ਤੇਰੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ। ਸਤਿਗੁਰ ਬੋਲੇ ਸਿੱਖਿਆ ਸਾਨੂੰ ਸਾਡੇ ਪੁਰਖਾਂ ਦੀ, ਸਤਿਗੁਰ ਬੋਲੇ ਸਿੱਖਿਆ ਸਾਨੂੰ ਸਾਡੇ ਪੁਰਖਾਂ ਦੀ, ਆਕੜ ਪਨ ਕੇ ਰੱਖਿਓ ਐਸੇ ਮੁਗਲਾਂ ਤੁਰਕਾਂ ਦੀ, ਆਕੜ ਪਨ ਕੇ ਰੱਖਿਓ ਐਸੇ ਮੁਗਲਾਂ ਤੁਰਕਾਂ ਦੀ, ਅਸੀਂ ਨਾ ਡੁੱਬਣ ਦਈਏ ਤੁਹਾਡੇ ਧਰਮ ਦੇ ਬੇੜੇ ਨੂੰ, ਅਸੀਂ ਨਾ ਡੁੱਬਣ ਦਈਏ ਤੁਹਾਡੇ ਧਰਮ ਦੇ ਬੇੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ, ਜੀ ਤੁਸੀਂ ਬਚਾਇਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।